ਘਰ ਆਣ ਕੇ ਬਦਮਾਸ਼ੀਆਂ ਕਰਨ ਡਿਓ ਕੀ ਚਪੇੜਾ ਮਾਰਨ ਡਿਓ ਬਦਮਾਸ਼ੀਆਂ ਕਰਨ ਡੇ ਨੇ ਪੂਰੀਆਂ ਤੇ ਇਹਨਾਂ ਇਹ ਬੇਫਾਲਤੂ ਚਪੇੜ ਮਾਰੀ ਗਈ ਹੈ ਮੇਰੇ ਮੂੰਹ ਤੇ ਠੀਕ ਹੈ ਇਹ ਵੇਖ ਲੋ ਠੀਕ ਹੈ ਇਹਨਾਂ ਨੂੰ ਕੋਈ ਗੱਲ ਮਾੜੀ ਨਹੀਂ ਕਹੀ ਅੱਗੋਂ ਕਹਿੰਦੇ ਲੜ ਕੇ ਵੇਖ ਲੋ ਐ ਤੇ ਬਦਤਮੀਜ਼ੀ ਨੇ ਇਹਨਾਂ ਦੀ ਬਦਮਾਸ਼ੀ ਨਹੀਂ ਚੱਲਣੀ ਹੈ ਇਹ ਆਪਾਂ ਨਾ ਕਿਸੇ ਨੂੰ ਕਹੀਦਾ ਤੇ ਨਾ ਸੁਣੀਦਾ ਨਜਾਇਜ਼ ਮਾਰਿਆ ਜੇ ਨਜਾਇਜ਼ ਮਾਰਿਆ ਇੱਕ ਤੇ ਚਪੇੜ ਮਾਰੀ ਆ ਮੁੜੇ ਤੂੰ ਗਿਆ ਹੀ ਆ ਜੇ ਨਜਾਇਜ਼ ਮਾਰਿਆ ਆ ਮਾਰਿਆ ਜੇ ਇਹਨਾਂ ਨੇ ਚੰਗੀ ਰੀਝ ਨਾਲ ਮਾਰਿਆ ਜੇ ਆ ਮੁੜ ਕੇ ਇਹਨਾਂ ਨੇ ਬਾਪੂ ਮੇਰੇ ਪਿਓ ਨੂੰ ਵੀ ਬੜਾ ਮਾਰਿਆ ਜੇ ਠੀਕ ਆ ਤੇ ਇਹਨਾਂ ਨੂੰ ਕੋਈ ਗੱਲ ਨਹੀਂ ਹੋਈ ਬਾਪੂ ਮੇਰੇ ਦੀ ਇੱਥੇ ਗੱਡੀ ਲੱਗੀ ਸੀ ਤੇ ਉਹਨਾਂ ਨੂੰ ਕਿਹਾ ਵਾ ਕਿ ਬਸ ਗੱਡੀ ਉਹਨਾਂ ਨੇ ਹਾਰਨ ਮਾਰਿਆ ਬਾਪੂ ਨੇ ਨਹੀਂ ਸੁਣਿਆ ਠੀਕ ਆ ਬਾਪੂ ਨੇ ਨਹੀਂ ਸੁਣਿਆ ਹੈਗਾ ਤੇ ਮੈਂ ਇਹ ਕਹਿੰਦੇ ਕਿ ਉਹ ਤੇ ਇੱਦਾਂ ਉਹ ਨਿਕਲ ਗਏ ਤੇ ਉਹਦੀ ਪੁਲਿਸ ਵਾਲੀ ਜਿਹੜੀ ਉਹਨਾਂ ਦੀ ਕੁੜੀ ਆ ਉਹਨੇ ਮੇਰੇ ਮੂੰਹ 'ਤੇ ਚਪੇੜ ਮਾਰੀ ਜੇ ਠੀਕ ਜੇ ਤੇ ਮੁੜ ਕੇ ਆ ਦਾਤਰ ਲੈ ਕੇ ਆਏ ਜੇ ਠੀਕ ਆ ਛਵੀ ਲੈ ਕੇ ਆਏ ਆ ਤੇ ਮੇਰੇ ਪਿਓ ਨੂੰ ਵੀ ਮਾਰਿਆ ਜੀ ਇਹਨਾਂ ਨੇ ਠੀਕ ਜੇ ਤੇ ਆ ਇਹਨਾਂ ਨੇ ਇੱਦਾਂ ਮਾਰਿਆ ਜੀ ਇਹਨਾਂ ਨੇ ਅੰਦਰੋਂ ਉਹਨੇ ਮਾਰ ਦਿੱਤਾ ਇਹਨਾਂ ਨੇ ਓਏ ਉਹਨੂੰ ਪਿਓ ਮੇਰੇ ਨੂੰ ਅੰਦਰ ਕੀਤਾ ਇਹਨਾਂ ਨੇ ਤੈਨੂੰ ਫਿਰ ਦੱਸਨੇ ਤੁਹਾਨੂੰ ਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਅੰਦਰ ਮਾਰਨ ਦੇ ਜੇ ਮਾਰਨ ਦੇ ਅੰਦਰ ਮੇਰੇ ਪਿਓ ਨੂੰ ਆ ਮੇਰੇ ਪਿਓ ਨੂੰ ਮਾਰਨ ਦੇ ਆ ਮੇਰੇ ਪਿਓ ਨੂੰ ਮਾਰਨ ਦੇ ਅੰਦਰ ਆ ਮਾਰਨ ਦੇ ਮੇਰੇ ਪਿਓ ਨੂੰ ਲੈ ਗਏ ਅੰਦਰ ਆ ਮੇਰੇ ਪਿਓ ਨੂੰ ਮਾਰਨ ਦੇ ਅੰਦਰ ਮੰਮੀ ਜਾਓ ਤੁਸੀਂ ਵੀ ਜਾਓ ਮੰਮੀ ਜਾਓ ਆ ਮਾਰਾ ਡੇ ਜੇ ਗੱਲ ਉਦੋਂ ਮੈਂ ਇੱਥੇ ਆਪਣੇ ਗੁਆਂਢ 'ਚ ਅੱਜ ਤੱਕ ਨਹੀਂ ਹੁੰਦਾ ਠੀਕ ਹੈ ਜੀ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸੱਤ ਕਰੀਦੀ ਆ ਵੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸਤਿ ਸ਼੍ਰੀ ਅਕਾਲ ਬੁਲਾਈ ਦੀ ਆ ਕਿਸੇ ਨਾਲ ਅੱਜ ਤੱਕ ਵੈਰ ਨਹੀਂ ਹੋਈ ਕੁਛ ਨਹੀਂ ਹੋਇਆ ਉਦੋਂ ਜਿਹੜੀ ਗੱਲ ਹੋਈ ਉਦੋਂ ਵੀ ਇਹ ਮਾਵਾਂ ਧੀਆਂ ਉੱਥੇ ਬਾਹਰ ਖੜੀਆਂ ਸੀ ਇਹਨਾਂ ਨੂੰ ਮੈਂ ਇੱਕ ਹੀ ਗਈ ਮੈਂ ਸਤਿ ਸ਼੍ਰੀ ਅਕਾਲ ਬੁਲਾ ਕੇ ਫਿਰ ਮੈਂ ਗਿਆ ਜਿੱਦਾਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਸੀ ਉਸ ਟਾਈਮ 'ਤੇ ਇਹ ਮਾਵਾਂ ਧੀਆਂ ਕਹਿਣਾ ਪਈ ਕਹਿੰਦੀ ਫੌਜੀ 'ਤੇ ਕਰਿਆ ਗਾ ਅਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਟੀ ਤੁਸੀਂ ਇੱਦਾਂ ਕੋਈ ਕਹਿੰਦੇ ਫੌਜੀ ਕਰਿਆ ਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬਸ ਮੈਂ ਤਾਂ ਨਿਕਲ ਗਿਆ ਬਾਜ਼ਾਰ ਵਾਸਤੇ ਮੈਨੂੰ ਕਰੀਬ 3 ਜਾਂ 4 ਮਿੰਟ ਬਾਅਦ ਕਾਲ ਆ ਗਈ ਮੁੰਡੇ ਦੀ ਕਹਿੰਦਾ ਪਾਪਾ ਆਹ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ
ਮੈਂ ਹਾਲੇ ਗੱਡੀ ਖੜੀ ਕੀਤੀ ਆ, ਇਹਨਾਂ ਮੈਨੂੰ ਧੂ ਕੇ ਅੰਦਰ ਕੀਤਾ ਵਾ। ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚਲ ਗਏ ਆ। ਇਹਨਾਂ ਨੇ ਮੇਰੇ ਹੱਥ ਚੁੱਕਿਆ ਸਾਰਿਆਂ ਨੇ, ਠੀਕ ਹੈ ਜੀ। ਮੈਂ ਕੁਛ ਨਹੀਂ ਕੀਤਾ, ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਵੀ ਕੀ ਹੋਇਆ, ਕੀ ਇਹ ਦੱਸੋ ਤਾਂ ਗੱਲ ਕੀ ਆ। ਮੈਂ ਤਾਂ ਇਹਨਾਂ ਨੂੰ ਪੁੱਛਣ ਡਿਆ, ਮੈਨੂੰ ਆਇਆ ਸਿੱਧਾ ਇਹਨਾਂ ਨੇ ਮੈਨੂੰ ਗੱਡੀ ਉਹ ਮੈਂ ਜਿੱਦਾਂ ਉਤਰਿਆ ਵਾਂ ਮੈਨੂੰ ਅੰਦਰ ਲੈ ਗਏ ਬਸ। ਨਹੀਂ ਆਪਾਂ ਉਹ ਕਾਲ ਕੀਤੀ ਸੀ ਆਪਾਂ, ਉਸ ਤੋਂ ਬਾਅਦ ਮੈਂ ਨਹੀਂ ਕੀਤੀ, ਮੇਰੀ ਵਾਈਫ ਨੇ ਮੇਰੇ ਬੱਚੇ ਨੇ ਕਾਲ ਕੀਤੀ ਆ। ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਡਿਆ ਵੀ ਮੈਨੂੰ ਇਹ ਦੱਸੋ ਕਿ ਗੱਲ ਕੀ ਹੋਈ ਆ, ਕਿਉਂਕਿ ਮੇਰੇ ਤੇ ਇਹਨਾਂ ਨਾਲ ਕੋਈ ਹੈ ਨਹੀਂ ਝਗੜਾ, ਮੈਂ ਇੱਥੇ ਮੁਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਂਦਾ ਇੱਕ ਦੂਜੇ ਨੂੰ। ਇਹ ਪਤਾ ਨਹੀਂ ਫਿਰ ਉੱਥੇ ਉਹ ਲੈ ਗਏ ਆ, ਕਹਿੰਦੇ ਤੇਰਾ ਉਹ ਕਰਾਉਣਾ, ਪਰਚੇ ਉਹ ਕਰਾਉਣੇ ਆ, ਪੁਲਿਸ ਆਈ ਆ। ਇਹਨਾਂ ਨੇ ਕਦੇ ਕਾਲ ਕੀਤੀ ਉੱਥੇ ਚੰਡੀਗੜ੍ਹ, ਚੰਡੀਗੜ੍ਹੋਂ ਫਿਰ ਇੱਥੇ ਇਹਨਾਂ ਨੇ ਕਾਲ ਕੀਤੀ ਆ ਬਸ। ਇਹ ਉਸ ਤੋਂ ਬਾਅਦ ਮੈਨੂੰ ਇਹ ਉਹ ਹੀ ਪੁਲਿਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਏ ਥਾਣੇ। ਹਾਂ ਜੀ, ਮੇਰੇ ਵੱਲੋਂ ਕੰਪਲੇਂਟ ਆ, ਮੈਨੂੰ ਹੀ ਲੈ ਗਏ ਆ ਉੱਥੇ। ਗਏ ਉੱਥੇ ਕਹਿੰਦੇ ਮੁਲਾਜ਼ਾ ਕਰਾਉਣਾ, ਮੇਰੇ ਹੌਸਪਿਟਲ ਲੈ ਗਏ। ਉੱਥੇ ਕੋਈ ਨਹੀਂ ਆ, ਨਾ ਮੇਰੇ ਬਲੱਡ ਟੈਸਟ ਹੋਏ ਨਾ ਕੁਛ ਹੋਇਆ, ਉੱਥੇ ਡਾਕਟਰ ਵੀ ਉੱਦਾਂ ਲਿਖਤਾ ਵਾ। ਅੱਜ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ, ਹਾਂਜੀ ਇਹਨਾਂ ਨੇ ਦਰਖਾਸਤ ਦਿੱਤੀ ਆ। ਪਰ ਉਸ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਲਿਖਤਾ ਕੋਈ, ਕਿਉਂਕਿ ਇਹਨਾਂ ਨੂੰ ਹੋਣਾ ਚਾਹੀਦਾ ਸੀ ਵੀ ਉਹ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਵੀ ਉੱਥੇ ਥਾਣੇ 'ਚ ਬੁਲਾਉਣ ਇਹਨਾਂ ਨੂੰ। ਇਹ ਕਦੀ ਕਹਿੰਦੇ ਆ ਵੀ ਅੱਜ ਉੱਥੇ ਉਹਦੀ ਡਿਊਟੀ ਉੱਥੇ ਲੱਗੀ ਆ, ਆ 15 ਅਗਸਤ ਆ ਗਏ, 2 ਦਿਨ ਉੱਥੇ ਚਲ ਗਏ ਆ, ਉਸ ਤੋਂ ਬਾਅਦ ਕਹਿੰਦੇ ਆ ਰੱਖੜੀ ਆ ਗਈ ਆ। ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਤੋਂ ਸਾਨੂੰ ਡੇ ਕਰਨ ਵੀ ਆਪਾਂ ਇਹਨਾਂ ਨੂੰ ਪਾੜਨਾ ਵਾ, ਇਹਨਾਂ ਕੋਲ ਮਾਫੀਆਂ ਮੰਗਵਾਉਣੀਆਂ ਵਾ, ਆਪਾਂ ਇਹ ਕਰਨਾ ਜੇ। ਮੈਂ ਆਰਮੀ ਦੇ ਵਿੱਚੋਂ ਰਿਟਾਇਰ ਆਇਆ ਵਾਂ, ਮੈਂ ਕੋਈ ਕਾਰਵਾਈ ਨਹੀਂ ਕਰਦਾ, ਮੈਨੂੰ ਨਾ ਸਾਨੂੰ ਪਤਾ ਹੁੰਦਾ ਇਸ ਚੀਜ਼ਾਂ ਦਾ, ਨਾ ਆਪਾਂ ਕੋਈ ਕਾਰਵਾਈ ਕਰਨ ਡਿਆ, ਮੈਂ ਕੋਈ ਹਾਲੇ ਤੱਕ ਨਹੀਂ ਕੀਤੀ। ਪਰ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਘੱਟੋ ਘੱਟ ਇਹ ਤਾਂ ਹੋਏ, ਪੁਲਿਸ ਨੂੰ ਇਹ ਤਾਂ ਚਾਹੀਦਾ, ਚਲੋ ਠੀਕ ਆ ਮੁਲਾਜ਼ਮ ਆ, ਅੱਗੋਂ ਮੈਂ ਵੀ ਆਰਮੀ ਵਾਲਾ ਵਾਂ, ਚਲੋ ਰਿਟਾਇਰ ਆਇਆ ਫਿਰ ਵੀ ਆਰਮੀ ਵਾਲਾ ਹੀ ਆ। ਇਹਨਾਂ ਨੂੰ ਇਹ ਤਾਂ ਘੱਟੋ ਘੱਟ ਚਾਹੀਦਾ ਸੀ ਕਿ ਉਹਨੂੰ ਬੁਲਾ ਕੇ ਉੱਥੇ ਥਾਣੇ ਸਾਡੇ ਸਾਹਮਣੇ ਪੇਸ਼ ਕਰਦੇ। ਅਤੇ ਇਹ ਰਿਟਾਇਰ ਆਏ ਨੇ, ਫੌਜੀ ਰਿਟਾਇਰ ਆਏ ਨੇ, ਅਤੇ ਸਾਡਾ ਤਾਂ ਘਰ ਦਾ ਕੰਮ ਚੱਲਦਾ ਪਿਆ ਸੀਗਾ, ਸਾਰੇ ਮਿਸਤਰੀ ਵੀ ਲੱਗੇ, ਰਾਜ ਮਿਸਤਰੀ ਲੱਗਾ, ਲੱਕੜ ਮਿਸਤਰੀ ਲੱਗਾ, ਅਸੀਂ ਤਾਂ ਘਰ ਦਾ ਕੰਮ ਕਰਵਾਉਂਦੇ ਪਏ ਹਾਂ। ਅਤੇ ਸ਼ਾਮ ਦੇ ਟਾਈਮ ਨਾ ਇਹਨਾਂ ਨੂੰ ਮਤਲਬ ਮੁੰਡਿਆਂ ਨੇ ਬੋਲਿਆ ਵੀ ਅੰਕਲ ਜੀ ਸਾਡਾ ਸਮਾਨ ਥੋੜਦਾ ਆ, ਸਾਨੂੰ ਲਿਆ ਕੇ ਮਾਰਕੀਟ ਜਾਣਾ। ਇਹਨਾਂ ਨੇ ਗੱਡੀ ਕੱਢੀ ਆ ਬਾਹਰ, ਅਤੇ ਗੱਡੀ ਇਹਦੇ ਤਾਂ ਸਾਡੇ ਗੇਟ ਦੇ ਅੰਦਰ ਹੀ ਸੀਗੀ ਥੋੜ੍ਹੀ ਜਿਹੀ, ਮੈਂ ਅਤੇ ਮੇਰੀ ਬੇਟੀ ਵੀ ਬਾਹਰ ਖੜ੍ਹੇ ਹਾਂ। ਅਤੇ ਇਹਨਾਂ ਦੀ ਲੜਕੀ ਆਈ ਆ ਗੱਡੀ, ਅਤੇ ਉਹਨੇ ਗੱਡੀ ਨੂੰ ਪਤਾ ਨਹੀਂ ਟਰਨ ਕਰਨਾ ਜਾਂ ਕੁਛ ਕਰਨਾ, ਉਹਨੇ 2 ਵਾਰੀ ਹਾਰਨ ਦਿੱਤਾ। ਅਸੀਂ ਇਹਦੇ ਪਾਪਾ ਨੇ ਨਹੀਂ ਗੋਲੀ ਗੱਲ, ਉਹ ਗੱਡੀ ਕੱਢਣ ਡੇ ਸੀਗੇ, ਉਹਨੇ ਨਹੀਂ ਗੋਲੀ, ਅਤੇ ਇਹਨਾਂ ਨੇ ਇਹਨਾਂ ਮਤਲਬ ਕਿ ਗੱਡੀ ਲੈ ਕੇ ਚਲੇ ਗਏ। ਅਤੇ ਬਾਅਦ ਵਿੱਚ ਇਹਨਾਂ ਜਿਹੜੇ ਕੁਲਵਿੰਦਰ ਕੌਰ ਭੈਣ ਜੀ, ਅਤੇ ਕਹਿੰਦੇ ਕਿ ਇਹ ਫੌਜੀ ਜਿਹੜੇ ਆ ਨਾ ਇਹ ਕਰਾਇਆ ਕਾ ਪੂਰਾ ਕਰਾਇਆ ਕਾ। ਅਤੇ ਮੇਰਾ ਬੇਟਾ ਵੀ ਖੜਾ ਸੀਗਾ, ਅਤੇ ਕਹਿੰਦੇ ਕਿ ਉਹਨਾਂ ਨੇ ਮੇਰੇ ਬੇਟੇ ਨੇ ਬੋਲਿਆ ਕਿ ਆਂਟੀ ਜੀ ਵੀ ਇਸ ਤਰ੍ਹਾਂ ਤੁਸੀਂ ਮੇਰੇ ਪਾਪਾ ਨੂੰ ਥੋੜ੍ਹੀ ਨਾ ਬੋਲ ਸਕਦੇ ਹੋ। ਅਤੇ ਇਹ ਜਿਹੜੀ ਉਹ ਕੁੜੀ ਗੱਡੀ 'ਚ ਉਹਨੇ ਟਰਨ ਕੀਤੀ ਗੱਡੀ ਉੱਥੇ ਲਾ ਕੇ, ਅਤੇ ਉਹ ਅੰਦਰ ਆਈ, ਅੰਦਰ ਆਣ ਕੇ ਅਤੇ ਕਹਿੰਦੀ ਮੈਂ ਤੇਰੇ ਚਪੇੜ ਬੜੀ ਜ਼ੋਰ ਦੀ ਇੱਕ ਚਪੇੜ ਮਾਰੀ, ਇੱਕ ਹੋਰ ਮਾਰੀ, ਫਿਰ ਕਹਿੰਦੀ ਕਿ ਤੈਨੂੰ ਹੁਣ ਮੈਂ ਦੱਸਦੀ ਹਾਂ ਕਿ ਤੇਰੀ ਆ ਜਿਹੜੀ ਜਵਾਨੀ ਜੀ ਚੜ੍ਹਨ ਦੀ ਆ ਨਾ, ਮੈਂ ਹੁਣ ਕਹਿੰਦੀ ਤੇਰੀ 2 ਸੈਕਿੰਡ ਲਾਉਂਦੀ ਇਹਨੂੰ, ਤੇਰੀ ਜਵਾਨੀ ਜੀ ਜਿਹੜੀ ਬੜੀ ਚੜ੍ਹਨ ਦੀ। ਅਤੇ ਉਹ ਇਹਨੇ ਕਿਹਾ, ਮੇਰੇ ਬੇਟੇ ਨੇ ਕਿਹਾ ਕਿ ਮੈਂ ਤੁਹਾਨੂੰ ਗਲਤ ਕੀ ਬੋਲਿਆ, ਫਿਰ ਇਹ ਸਾਡੇ ਘਰ ਤੋਂ ਨੀਚੇ ਉਤਰ ਗਈ ਆ। ਫਿਰ ਇਹਨਾਂ ਦੇ ਉਹ ਜਿਹੜੇ ਸੀਗੇ ਦੋਨੇ ਭਣੇਵਾਂ ਆ, ਅਤੇ ਗਾੜੀ ਭਣੇਵੇਂ ਦਾ ਮੁੰਡਾ ਆ, ਉਹ ਵੀ ਆ ਗਏ ਨੇ, ਇਹਨਾਂ ਨੇ ਫੋਨ ਕਰਕੇ ਸੱਦ ਲਏ, ਉਹ ਵੀ ਆ ਗਏ ਆ। ਉਹ ਕਹਿੰਦਾ ਵੀ ਬਾਹਰ ਆ, ਵੀਡੀਓ ਵਿੱਚ ਦੇਖਿਓ, ਕਹਿੰਦਾ ਸਿੱਧਾ ਹੀ ਆਣ ਕੇ ਕਹਿੰਦਾ ਬਾਹਰ ਆ ਬਾਹਰ।
ਤੇ ਉਹ ਇਹਨੇ ਮੇਰੇ ਬੇਟੇ ਨੇ ਸਾਰਾ ਕੁਝ ਬੋਲਿਆ ਵੀ ਸਾਡੇ ਨਾਲ ਤੁਸੀਂ ਗਲਤ ਕੀਤਾ, ਸਾਡੇ ਨਾਲ ਬਦਮਾਸ਼ੀ ਪੂਰੀ ਕਰਨ ਡਏ, ਅਸੀਂ ਤੁਹਾਨੂੰ ਕੁਝ ਨਹੀਂ, ਮਾੜਾ ਨਹੀਂ ਚੰਗਾ ਨਹੀਂ ਕਦੀ ਕੁਝ ਕੰਪਲੇਨ ਕੀਤੀ ਸੀਗੀ। ਮੈਂ ਉਸੇ ਟਾਈਮ ਮੇਰੇ ਬੇਟੇ ਨੇ ਮੈਨੂੰ ਨੈਟ ਤੋਂ ਹੀ ਮੈਨੂੰ ਫੋਨ ਨੰਬਰ ਕੱਢ ਕੇ ਦਿੱਤਾ, ਮੈਂ ਉੱਥੇ ਕੰਪਲੇਨ ਕੀਤੀ। ਉਸ ਨਾਲ ਉਹਨਾਂ ਨੇ ਮੈਨੂੰ ਮਤਲਬ ਦੱਸਿਆ ਵੀ ਆਹ ਫੋਨ ਤੇ ਕਰੋ, ਆਹ ਫੋਨ ਤੇ ਕਰੋ, ਕਰਦਿਆਂ ਕਰਦਿਆਂ ਸਾਡੀ ਇੱਥੇ ਸਦਰ ਥਾਣੇ ਸ਼ਾਇਦ ਆਈ ਨਹੀਂ ਤੇ ਇੱਥੇ ਸਾਡੀ ਗੱਲ ਹੋਈ ਤੇ ਉਹ ਮਤਲਬ ਅਜੇ ਆਏ ਨਹੀਂ ਸੀਗੇ। ਇਸ ਤੋਂ ਪਹਿਲਾਂ ਹੀ ਮੇਰੇ ਹਸਬੈਂਡ ਆ ਗਏ ਨੇ, ਗੱਡੀ ਲੈ ਕੇ ਜੇ ਗਏ ਸੀਗੇ ਤੇ ਵਾਪਿਸ ਆ ਗਏ ਨੇ। ਅਸੀਂ ਫੋਨ ਕਰ ਦਿੱਤਾ ਵੀ ਸਾਨੂੰ ਇਹਨਾਂ ਦੀ ਕੁੜੀ ਨੇ ਮਾਰਿਆ, ਮੇਰੇ ਬੇਟੇ ਨੇ, ਤੇ ਉਹ ਇਹ ਆਏ ਨੇ ਅਜੇ ਗੱਡੀ 'ਚ ਉਤਰੇ ਨੇ ਤੇ ਇਹਨਾਂ ਨੇ ਇੱਥੇ ਹੀ ਧੂ ਕੇ ਇੱਥੇ ਮਾਰਿਆ, ਪਹਿਲੇ ਗੱਡੀ 'ਚੋਂ ਲਾ ਕੇ ਇੱਥੇ ਮਾਰਿਆ, ਇੱਥੇ ਮਾਰ ਕੇ ਫਿਰ ਆਪਣੇ ਘਰੇ ਧੂ ਕੇ ਲੈ ਗਏ। ਤੇ ਇਹਨਾਂ ਮੁੜ ਕੇ ਦਾਤਰ ਤੇ ਉਹ ਲਾਏ, ਉਹ ਗੰਡਾਸੀਆਂ ਲਾਏ, ਉਹ ਸਾਡੇ ਤੇ ਵਾਰ ਕੀਤੇ। ਮੇਰਾ ਬੇਟਾ ਘਰੋਂ ਬਾਹਰ ਨਹੀਂ ਗਿਆ, ਗੇਟ ਬੰਦ ਕਰ ਲੈਂਦਾ ਸੀ ਜਦੋਂ ਉਹਦੇ ਤੇ ਵਾਰ ਕਰਨ ਆਉਂਦੇ ਸੀ, ਮੇਰਾ ਬੇਟਾ ਗੇਟ ਬੰਦ ਕਰ ਲੈਂਦਾ। ਕੋਈ ਕਾਰਵਾਈ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ। ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਲੀਕ ਆਊਟ ਹੋ ਕੇ ਇਹਨਾਂ ਦੇ ਕੋਲ ਪਹਿਲੇ ਆਉਂਦੀਆਂ ਆ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਸੱਚਾਈ ਇਹ ਜੀ, ਉਹਨਾਂ ਦੀ ਗੱਡੀ ਲੱਗੀ ਸਾਡੇ ਬੂਹੇ ਗਾੜੀ, ਅਤੇ ਮੇਰੀ ਬੇਟੀ ਇਹ ਤੋਂ ਉੱਧਰ ਮਾਵੀ ਡਿਊਟੀ ਤੋਂ ਆ ਗਈ। ਅਸੀਂ ਗੱਡੀ ਦਾ ਮੂੰਹ ਮੋੜਨਾ ਸੀ ਅਤੇ ਜਿਹੜਾ ਫੌਜੀ ਸੀ ਗੱਡੀ ਦੇ ਵਿੱਚ ਸੀਗਾ ਅਤੇ ਆਪਣੀ ਕਾਰਵਾਈ ਨਾਲ ਗਲਤ ਹਰਕਤਾਂ ਕਰਨ ਡਿਆ ਸੀ। ਮੈਂ ਕਿਹਾ ਫੌਜੀ ਸਾਹਿਬ ਵੀ ਥੋੜ੍ਹੀ ਜਿਹਾ ਗੱਡੀ ਪਿਛਾਂਹ ਕਰ ਲਓ, ਬੁੜੀਆਂ ਨੇ ਚਾਰ ਆਰਾ ਹਾਰਨ ਵੀ ਦਿੱਤਾ, ਉਹਨੇ ਗੱਡੀ ਨਹੀਂ ਪਰਾਂ ਕੀਤੀ। ਮੈਂ ਇਹ ਜਿਹੜੀਆਂ ਗਲਤ ਹਰਕਤਾਂ ਕਰਨ ਡਿਆ, ਤੁਸੀਂ ਆਪਣੇ ਅੰਦਰ ਜਾ ਕਰੋ, ਬਾਹਰ ਨਹੀਂ ਕਰੀ ਦੀਆਂ। ਅਤੇ ਫੌਜੀ ਸਾਹਿਬ ਤਾਂ ਬੋਲਿਆ ਨਹੀਂ, ਉਹਦਾ ਮੁੰਡਾ ਬੋਲਣ ਲੱਗ ਪਿਆ ਗਲਤ ਮਲਤ ਆ ਕੇ, ਅੰਦਰੋਂ ਨਿਕਲਿਆ ਵਾ। ਜਦੋਂ ਅੰਦਰੋਂ ਨਿਕਲਿਆ ਬੋਲਿਆ ਵਾ ਅਤੇ ਅਸੀਂ ਉੱਥੇ ਲਾਗੇ ਆ ਗਏ ਤਾਂ ਉਹਨਾਂ ਹਟੋ ਢਾਈ ਕਰਤੀ, ਮੈਂ ਆਪਣੇ ਘਰ ਵੜ ਗਈ ਹਾਂ, ਗੁੜੀਆ ਸਹੁਰੇ ਚੱਲ ਗਈ ਆ ਅਤੇ ਉਹ ਆਪਣੇ ਘਰ ਚੱਲ ਗਿਆ, ਕੋਈ ਗੱਲਬਾਤ ਨਹੀਂ ਹੋਈ। ਉਦੋਂ ਮੁੜ ਕੇ ਇੱਕ ਘੰਟੇ ਬਾਅਦ ਇਹ ਪੀ ਕੇ ਸ਼ਰਾਬ ਪਿਓ ਪੋਤੀ ਰੱਜ ਕੇ ਨਾਲ ਫੌਜਣ ਅਤੇ ਸਾਰਾ ਜਣੇ ਸਾਡੇ ਘਰ ਆ ਕੇ, ਦਾਤਰ ਮੁੰਡੇ ਕੋ ਆ, ਫੌਜੀ ਕੋ ਛੋਟਾ ਵਾ, ਅਤੇ ਮੇਰੇ ਘਰ ਆ ਕੇ ਇਹਨਾਂ ਨੇ ਬੂਹਾ ਖੜਕਾ ਕੇ, ਬੂਹਾ ਖੁੱਲ੍ਹ ਗਿਆ ਵਾ, ਹਵੜਾ ਲੱਗਾ ਸੀ ਅਤੇ ਆ ਕੇ ਮੇਰੇ ਇਹਨਾਂ ਹਮਲਾ ਕੀਤਾ ਮੇਰੇ ਘਰ ਵਿੱਚ ਆ ਕੇ। ਮੁੜ ਕੇ ਮਹੱਲੇ ਵਾਲੇ ਆਏ ਸਾਰੇ ਅਤੇ ਉਹਨਾਂ ਚੀਓ ਵੱਟ ਪਿਆ, ਮਹੱਲੇ ਵਾਲੇ ਆਏ ਆ, ਉਹਨਾਂ ਵੇਖਿਆ ਫੌਜਣ ਹੁੰਦਿਆਂ ਭੱਜੀ ਆ ਅਤੇ ਮੁੰਡਾ ਵੀ ਭੱਜ ਗਿਆ, ਮੇਰੀਆਂ ਵੀਡੀਓ ਬਣਾਉਂਦਾ ਰਿਹਾ ਮੇਰੇ ਘਰ ਵਿੱਚ ਖਲੋ ਕੇ ਹੀ। ਮੁੜ ਕੇ ਕੋਠੇ ਚੜ੍ਹ ਗਿਆ ਵਾ, ਫੌਜੀ ਜ਼ਿਆਦਾ ਰੱਜਿਆ, ਹੋਰ ਕੋਈ ਭੱਜਿਆ ਨਹੀਂ ਗਿਆ। ਮਹੱਲੇ ਵਾਲੇ ਨੇ ਆ ਕੇ ਵੇਖਿਆ ਫੌਜੀ ਮੇਰੇ ਘਰੇ ਬੈਠਾ ਰਿਹਾ, ਮੁੜ ਕੇ ਨਹਾ ਕੇ ਕੱਢਿਆ ਸ਼ਰਾਬੀ ਹਾਲਤ 'ਚ, ਰੱਜਿਆ ਪਿਆ। ਮੁੜ ਕੇ 112 'ਤੇ ਫੋਨ ਕੀਤਾ, ਇਹਨਾਂ ਨੇ ਆਪੇ ਕੀਤਾ, ਇਹਨਾਂ ਦੇ ਬੇਟੇ ਨੇ, ਪੁਲਿਸ ਆਈ, ਉਹਨਾਂ ਨੇ ਵੇਖਿਆ ਕਿ ਫੌਜੀ ਸ਼ਰਾਬ ਨਾਲ ਰੱਜਿਆ, ਮੁੰਡਾ ਵੀ ਰੱਜਿਆ ਸੀ, ਮੁੰਡਾ ਕੋਠੇ ਚੜ੍ਹ ਕੇ ਉਂਝੀ ਚੀਕਾਂ ਮਾਰੀ ਗਿਆ ਵਾ ਅਤੇ ਮੇਰੀਆਂ ਵੀਡੀਓ ਬਣਾਈ ਗਿਆ ਵਾ, ਮੇਰੇ ਘਰ ਵਿੱਚ ਵੀਡੀਓ ਬਣੀਆਂ ਵਾ ਜਿਹੜੀਆਂ ਗਲਤ ਵੀਡੀਓ ਦਿੱਤੀਆਂ ਵਾ। ਹਾਂਜੀ, ਇਕੱਲੇ ਰਹਿੰਦੇ ਮੇਰੀਆਂ ਬੇਟੀਆਂ, 3 ਜਾਣੇ ਆਏ ਮੇਰੇ ਘਰ, ਮੇਰੇ ਸੱਟਾਂ ਮਾਰੀਆਂ ਵਾ, ਮੇਰੀਆਂ ਜਿਹੜੀਆਂ ਸੱਟਾਂ ਮੇਰੇ ਜ਼ਿਆਦੀਆਂ ਵੱਜੀਆਂ, ਮੁੜ ਕੇ ਮੈਨੂੰ ਹੋਸਪਿਟਲ ਵੀ ਖੜਿਆ ਵਾ, ਮੇਰੇ ਭੈਣ ਭਰਾਵਾਂ ਨੇ, ਮਹੱਲੇ ਵਾਲਿਆਂ ਨੇ, ਅਤੇ ਮੇਰਾ ਮੈਡੀਕਲ ਜਿਹੜਾ ਵਾ ਉਹ ਥਾਣੇ ਪਿਆ ਹੋਇਆ ਵਾ ਅਤੇ ਮੈਨੂੰ ਰਾਜੀ ਦਾਵੇ ਬਾਰੇ ਦਬਾਅ ਪਾਉਂਦੇ ਰਹੇ ਆ, ਧਮਕੀਆਂ ਵੀ ਦਉਂਦੇ ਆ, ਪਰ ਮੈਂ ਲਾਰਾ ਲੱਪਾ ਲਾਈ ਕਿ ਵੀ ਅੱਜ ਕਰ ਲਾਂਗੇ ਰਾਈ ਨਵਾਂ, ਕੱਲ੍ਹ ਕਰ ਲਾਂਗੇ, ਸਾਨੂੰ ਆਪਣੇ ਅਫਸਰਾਂ 'ਤੇ ਭਰੋਸਾ ਵਾ ਵੀ ਜੋ ਕਰਨਗੇ ਸਹੀ ਕਰਨਗੇ। ਕਾਰ ਲਾਉਣ ਤੋਂ ਮੈਡਮ ਸਾਡੇ ਏਐਸਆਈ ਅਤੇ ਕੁਲਵਿੰਦਰ ਕੌਰ ਲੱਗੇ ਆ, ਉਹਨਾਂ ਦੇ ਨਾਲ ਹੀ ਫੌਜੀ ਪ੍ਰੇਮ ਸਿੰਘ ਦਾ ਘਰ ਆ ਅਤੇ ਕਾਰ ਲਾਉਣ ਤੋਂ ਝਗੜਾ ਹੋਇਆ ਇਹਨਾਂ ਦਾ, ਇਹਦੇ ਸੰਬੰਧੀ ਇਹਨਾਂ ਦੀ ਐਮਐਲਆਰ ਆਈਆਂ ਸਾਡੇ ਕੋਲ, ਉਹਦੇ ਸੰਬੰਧੀ ਅਸੀਂ ਤਸਦੀਕ ਕਰਕੇ ਇੱਕ ਤਾਂ ਪ੍ਰਿਵੈਂਟਿਵ ਐਕਸ਼ਨ ਕਰ ਰਹੇ ਹਾਂ, ਨੰਬਰ 2 ਅਤੇ ਜੋ ਕਾਨੂੰਨੀ ਕਾਰਵਾਈ ਇਹਨਾਂ ਦੀ ਮੰਗ ਕਰ ਰਹੇ ਹਾਂ। ਵੀਡੀਓ ਸਾਡੇ ਅਜੇ ਤੱਕ ਸਾਡੇ ਕਿਸੇ ਨੇ ਪੇਜ ਨਹੀਂ ਕੀਤੀਆਂ, ਬਟ ਸੋਸ਼ਲ ਮੀਡੀਆ ਰਾਹੀਂ ਤਾਂ ਦੇਖਿਆ ਗਿਆ ਵਾ, ਉਹਦੇ ਉਦੋਂ 'ਤੇ ਵਾਚ ਕੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਬੰਦੀ ਹੋਈ।